With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्होंने सिखी दिया ते बेड़ा गर्क किता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs Jathebandi ne French ate European courts de naal naal United Nations Human Rights Committee da darwaza vi khadkaya. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਫਿਰ ਦੁਆਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ ਦਰਸ਼ਕੋ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਹਰਦੀਪਕ ਸਿੰਘ ਬੇਦੀ ਜੀ ਦਾ ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬਾਦਲ ਦਲ ਆਉਂਦੀਆਂ ਵੋਟਾਂ ਤੋਂ ਪਹਿਲਾਂ SGPC ਵੋਟਾਂ ਕਰਵਾਉਣ ਜਾ ਰਿਹਾ ਹੈ ਆਪ ਜੀ ਕੋਸ਼ਿਸ਼ ਕਰਕੇ ਵੱਖ ਵੱਖ ਪੰਥਕ ਧਿਰਾਂ ਵਿੱਚ ਸੂਤਰਧਾਰ ਬਣਨ ਦੀ ਜ਼ਿੰਮੇਵਾਰੀ ਨਿਭਾਓ ਤਾਂ ਕਿ ਇਹਨਾਂ ਵਿਚਲੇ ਵਖਰੇਵੇਂ ਕਰਕੇ ਕਿਤੇ ਪਹਿਲਾਂ ਵਾਲਾ ਧੜਾ ਦੁਬਾਰਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੇ ਕਾਬਜ਼ ਨਾ ਹੋ ਜਾਵੇ ਜੀ ਡਾਕਟਰ ਸਾਹਿਬ ਵੀਰ ਹਰਦੀਪਕ ਸਿੰਘ ਬੇਦੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਔਰ ਉਹਨਾਂ ਨੇ ਵੀ ਸਾਨੂੰ ਸੂਤਰਧਾਰ ਕਿਹਾ ਕਿ ਵੀ ਅਸੀਂ ਅੱਡ ਅੱਡ ਪੰਥਕ ਧਿਰਾਂ ਨੂੰ ਇਕੱਠੇ ਕਰੀਏ ਔਰ SGPC ਚੋਣਾਂ ਬਾਦਲ ਕਰਵਾਉਣ ਜਾ ਰਿਹਾ ਵੀ ਇਹੀ ਨਾ ਹੋਏ ਕਿ ਰਿਪੀਟ ਹੋਏ ਕਿ ਮੁੜ ਕੇ ਆਪਸੀ ਧਿਰਾਂ ਵੰਡੀਆਂ ਹੋਣ ਔਰ ਬਾਦਲ ਦਲ ਪਾਵਰ 'ਚ ਹੋਏ ਦੇਖੋ ਇਹਨਾਂ ਨੂੰ ਵੀ ਵੀਰ ਹਰਦੀਪਕ ਸਿੰਘ ਬੇਦੀ ਜੀ ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਦਾ ਕਿ ਉਹ ਇੰਨਾ ਮਾਣ ਸਾਨੂੰ ਦਿੱਤਾ ਉਹਨਾਂ ਨੇ ਕਿ ਭਾਈ ਅਸੀਂ ਕੋਈ ਸੂਤਰਧਾਰ ਹੈ ਪਰ ਅਸੀਂ ਇੱਥੇ ਬੈਠ ਕੇ ਮਾੜੀ ਮੋਟੀ ਗੱਲਬਾਤ ਜਾਂ ਜੇ ਕੋਈ ਸਲਾਹ ਪੁੱਛੇ ਬਿਨਾਂ ਪੁੱਛਿਆ ਤਾਂ ਦੇਣ ਦਾ ਵੈਸੇ ਵੀ ਨਹੀਂ ਫਾਇਦਾ ਹੁੰਦਾ ਪਰ ਜਿਹੜਾ ਪੁੱਛੇ ਅਸੀਂ ਆਪਣੀ ਗੱਲ ਜ਼ਰੂਰ ਕਹਿੰਦੇ ਉਹ ਆਪਣੀ ਤਕਰੀਰ ਰਾਹੀਂ ਵੀ ਤਹਿਰੀਰ ਰਾਹੀਂ ਵੀ ਔਰ 1-to-1 ਗੱਲਬਾਤ 'ਚ ਵੀ ਔਰ ਅਸੀਂ ਇਹ ਸਮਝਦੇ ਹਾਂ ਔਰ ਮੈਨੂੰ ਵੀ ਇਸ ਗੱਲ ਦਾ ਥੋੜ੍ਹਾ ਜਿਹਾ ਲੱਗਦਾ ਕਿ ਵੀ ਜਿਸ ਤੇਜ਼ੀ ਨਾਲ ਪਿਛਲੀ ਪਾਰਲੀਮੈਂਟ 'ਚ ਰਾਜ ਸਭਾ ਲੋਕ ਸਭਾ ਸਹਿਜਧਾਰੀ ਵੋਟਾਂ ਦੇ ਮੁੱਦੇ ਨੂੰ ਰਿਜ਼ੋਲਵ ਕਰ ਲਿਆ ਗਿਆ ਬਾਈ ਡਿਨਾਇੰਗ ਦੈਮ ਸੋ ਜ਼ਾਹਰ ਹੈ ਵੀ ਸੁਪਰੀਮ ਕੋਰਟ ਜਿਹੜਾ ਕੇਸ ਸੀ ਉਹ ਖਤਮ ਹੋ ਕਿਉਂਕਿ ਹਾਈ ਕੋਰਟ ਨੇ ਫੈਸਲਾ ਇਸ ਲਈ ਖਿਲਾਫ਼ ਦਿੱਤਾ ਸੀ ਕਿ ਜਿਹੜਾ ਆਰਡੀਨੈਂਸ ਵਾਜਪਾਈ ਸਰਕਾਰ ਨੇ ਜਾਰੀ ਕੀਤਾ ਸੀ ਉਹਨੂੰ ਪਾਰਲੀਮੈਂਟ ਨੇ ਰੈਟੀਫਾਈ ਨਹੀਂ ਸੀ ਕੀਤਾ ਸੋ ਕੋਈ ਵੀ ਜਿਹੜਾ ਆਰਡੀਨੈਂਸ ਜਾਰੀ ਹੁੰਦਾ ਜੇ 6 ਮਹੀਨੇ ਦੇ ਵਿੱਚ ਵਿੱਚ ਉਹਨੂੰ ਪਾਰਲੀਮੈਂਟ ਰਾਜ ਸਭਾ ਪਾਸ ਨਾ ਕਰੇ ਤੇ ਉਹ ਖਤਮ ਹੋ ਜਾਂਦਾ ਲੈਪਸ ਹੋ ਜਾਂਦਾ ਸੋ ਟੈਕਨੀਕਲ ਗਰਾਊਂਡ ਦੇ ਉੱਤੇ ਕੋਈ ਹਾਈ ਕੋਰਟ ਨੇ ਇਹ ਨਹੀਂ ਸੀ ਕਿਹਾ ਵੀ ਸਹਿਜਧਾਰੀਆਂ ਨੂੰ ਹੱਕ ਹੋਣਾ ਚਾਹੀਦਾ ਇਹ ਜਿਹੜਾ ਸੀ ਹੁਣ ਕਿਉਂਕਿ ਉਹਨਾਂ ਨੇ ਪਾਰਲੀਮੈਂਟ ਨੇ ਰਾਜ ਸਭਾ ਨੇ ਪਾਸ ਕਰ ਦਿੱਤਾ ਸੋ ਉਹ ਗੱਲ ਮੁੱਕ ਗਈ ਸੋ ਮੈਨੂੰ ਇਹ ਲੱਗਦਾ ਵੀ ਕਿਉਂਕਿ BJP ਨੂੰ ਵੀ ਨਜ਼ਰ ਆ ਰਿਹਾ ਕਿ ਜੇ ਪੰਜਾਬ ਦੇ ਵਿੱਚ ਕਾਂਗਰਸ ਜਾਂ ਆਮ ਆਦਮੀ ਪਾਰਟੀ ਜਿਹਦੇ ਚਾਂਸ ਬਣ ਰਹੇ ਨੇ ਬਾਦਲ ਕਿਆਂ ਦੀ ਕ੍ਰੈਡੀਬਿਲਟੀ ਥੱਲੇ ਨੂੰ ਜਾ ਰਹੀ ਹੈ ਉਹਨਾਂ ਨੇ ਆਪਣੇ ਸਰਵੇ ਵੀ ਕਰਵਾਏ ਨੇ ਤੇ ਇਹ ਪੋਸੀਬਲ ਔਰ ਉਹਨਾਂ ਨੂੰ ਲੱਗਦਾ ਕਿ ਜੇ ਸਰਕਾਰ ਕੋਈ ਬਾਦਲ ਵਿਰੋਧੀ ਗਰੁੱਪ ਦੀ ਬਣ ਗਈ ਕਿਸੇ ਦੀ ਤੇ ਫਿਰ ਸ਼੍ਰੋਮਣੀ ਕਮੇਟੀ ਚੋਣਾਂ ਹੋਈਆਂ ਤੇ ਸ਼੍ਰੋਮਣੀ ਕਮੇਟੀ ਨਾਲ ਦੇ ਹੱਥਾਂ 'ਚੋਂ ਨਿਕਲ ਜਾਏਗੀ ਸੋ RSS ਨੂੰ ਇਸ ਗੱਲ ਦਾ ਜ਼ਿਆਦਾ ਫਿਕਰ ਹੈ ਕਿ ਉਹਨਾਂ ਦਾ ਹਿੰਦੂਤਵਾ ਦਾ ਏਜੰਡਾ ਜਿਵੇਂ ਮੌਜੂਦਾ ਜਿਹੜੀ ਅਕਾਲੀ ਲੀਡਰਸ਼ਿਪ ਹੈ ਸ਼੍ਰੋਮਣੀ ਕਮੇਟੀ ਰਾਹੀਂ ਅਕਾਲ ਤਖ਼ਤ ਨੂੰ ਜਿਵੇਂ ਵਰਤ ਰਹੇ ਨੇ ਇੰਪਲੀਮੈਂਟ ਕਰ ਰਹੇ ਨੇ ਜੇ ਕੋਈ ਅਦਰਵਾਈਜ਼ ਆ ਗਿਆ ਤਾਂ ਇਹਨਾਂ ਦਾ ਜਿਹੜਾ ਕੰਮ
2020 ਤੱਕ ਇਹਨਾਂ ਨੇ ਸਭ ਨੂੰ ਹਿੰਦੂ ਬਣਾਉਣਾ ਹੈ, ਉਹਦੇ 'ਚ ਕੋਈ ਰੁਕਾਵਟ ਹੋ ਸਕਦੀ ਹੈ? ਸੋ ਕਿਉਂਕਿ ਅਲਟੀਮੇਟਲੀ ਹਰਿਆਣੇ 'ਚ ਵੀ ਹਕੂਮਤ ਜਿਹੜੀ ਹੈ ਉਹ ਬੀਜੇਪੀ ਦੀ ਹੈ ਜਦੋਂ SGPC ਚੋਣਾਂ ਹੁੰਦੀਆਂ ਨੇ, ਅਤੇ ਚਾਰੋ ਸਰਕਾਰਾਂ ਦੀ ਸਹਿਮਤੀ ਚਾਹੀਦੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ। ਸੋ ਆਲਰੇਡੀ ਜਿਹੜਾ ਉਸ ਲਾਈਨ ਦੇ ਉੱਤੇ ਕੰਮ ਹੋ ਸਕਦਾ ਹੈ। ਔਰ ਜੇ ਸ਼੍ਰੋਮਣੀ ਕਮੇਟੀ, ਫਿਰ ਉਹ ਧੱਕਾ ਹੀ ਹੁੰਦਾ ਹੈ, ਭਾਵੇਂ ਉੱਥੇ ਜਾ ਕੇ ਸਿਆਹੀ ਧਾਰੀਆਂ ਦਾ ਇਹਨਾਂ ਨੇ ਰੌਲਾ ਪਾਇਆ, ਲੇਕਿਨ ਅਲਟੀਮੇਟਲੀ ਜਦੋਂ ਕੈਮਰਿਆਂ ਨੇ ਚੱਲਣਾ, ਉਹਨੇ ਦੇਖਣਾ ਹੈ ਸਾਹਮਣੇ ਕਿ ਸਭ ਕਿਸਮ ਦੇ ਲੋਕ ਇਕੱਠੇ ਕਰਕੇ ਬਈਏ ਔਰ ਦੂਜੇ ਵੀ ਵੋਟਾਂ ਪਾਉਣ ਆ ਰਹੇ ਹੁੰਦੇ ਨੇ SGPC ਦੀਆਂ, ਅਤੇ ਜੇ SGPC ਇਹਨਾਂ ਦੇ ਹੱਥ ਆਉਂਦੀ ਹੈ, ਜੇ ਪੰਜਾਬ ਅਸੈਂਬਲੀ ਨਿਕਲ ਵੀ ਜਾਂਦੀ ਹੈ, ਤਾਂ ਅਕਾਲੀਆਂ ਨੂੰ ਔਰ RSS ਨੂੰ ਆਧਾਰ ਰਹੇਗਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੀ ਪੋਸੀਬਿਲਟੀ ਹੈ, ਪਰ ਹੁਣ ਤੁਸੀਂ ਧਿਰਾਂ ਨੂੰ ਕਿਵੇਂ ਇਕੱਠੇ ਕਰੋ, ਇਹ ਮੈਨੂੰ ਨਹੀਂ ਲੱਗਦਾ ਕਿ ਮੇਰੇ ਵਰਗੇ ਇੱਕ ਇਨਸਾਨ ਦੇ ਵੱਸ ਦੀ ਗੱਲ ਹੈ, ਜਿਹਦੇ ਕੋਲ ਕੋਈ, ਸਾਡੇ ਕੋਲ ਕੀ ਹੈ, ਇੱਕ ਇਖਲਾਕੀ ਤੌਰ 'ਤੇ ਇੱਕ ਸਾਡਾ ਸਟੈਂਡ ਹੁੰਦਾ ਹੈ ਇਸ਼ੂਜ਼ ਦੇ ਉੱਤੇ, ਜਿਹੜਾ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਜੀ ਅਸੀਂ ਇਮਾਨਦਾਰੀ ਨਾਲ ਲੈਂਦੇ ਹਾਂ, ਬਹੁਤ ਵਾਰੀ ਉਹ ਠੀਕ ਸਾਬਤ ਹੁੰਦਾ, ਲੇਕਿਨ ਇਸ ਤੋਂ ਬਿਯੋਂਡ ਜਿੱਥੇ ਹੋਮੇ, ਜਿੱਥੇ ਇੱਕ ਦੂਜੇ ਨੂੰ ਕੱਟਣ ਦੀ ਲਾਈਨ, ਔਰ ਜਿੱਥੇ ਤੁਸੀਂ ਬਿਲਕੁਲ ਇੱਕ ਛੋਟੇ ਦਾਇਰਾਕਾਰ ਸੋਚ ਰਹੇ ਹੋ, ਤੁਹਾਨੂੰ ਇਹ ਲੱਗਦਾ ਹੋਏ ਕਿ ਵੀ ਤੁਸੀਂ ਹੀ ਸਾਰੇ ਚੀਜ਼ ਦੇ ਕਰਤਾ ਧਰਤਾ, ਔਰ ਤੁਹਾਡੇ ਬਿਨਾਂ ਕੋਈ ਹੋਰ ਐਗਜ਼ਿਸਟ ਨਹੀਂ ਕਰਦਾ, ਉਸ ਕਿਸਮ ਦੀ ਸੋਚ ਨੂੰ ਤੁਸੀਂ ਕਿਵੇਂ ਸਮਝਾ ਸਕਦੇ ਹੋ ਕਿ ਭਾਈ ਇਨ ਦਾ ਐਂਡ ਆਫ ਦਾ ਡੇ, ਜੇ ਪੰਥ ਦੀ ਦੁਹਾਈ ਸਾਰੇ ਹੀ ਦੇ ਰਹੇ ਹੁੰਦੇ ਨੇ, ਔਰ ਸਾਰੇ ਹੀ ਸਿਧਾਂਤ ਦੀ ਗੱਲ ਵੀ ਕਰ ਰਹੇ ਹੁੰਦੇ ਨੇ ਕਿ ਜਿਹੜੇ ਸਭ ਤੋਂ ਵੱਡੇ ਬੇਸ ਸਿਧਾਂਤ ਨੇ ਉਹ ਸਭ ਤੋਂ ਉੱਚੀ ਰੌਲਾ ਪਾ ਰਹੇ ਹੁੰਦੇ ਨੇ। ਪਰ ਮੈਂ ਸਮਝਦਾ ਵੀ ਜੇ ਕੋਈ ਇਸ ਕਿਸਮ ਦਾ ਸਿਨੇਰੀਓ ਬਣਦਾ, ਤੇ ਫਿਰ ਹਾਲਾਂ ਹੋਰ ਵੀ ਜਿਹੜੇ ਨੇ ਹੁਣ ਫੀਲਡ ਦੇ ਵਿੱਚ ਆਏ ਨੇ, ਜਿਵੇਂ ਭਾਈ ਬਲਦੇਵ ਸਿੰਘ ਵਡਾਲਾ, ਉਹਨਾਂ ਨੇ ਸ਼ੁਰੂਆਤ ਕੀਤੀ ਹੈ ਕਿ ਭਾਈ ਆਪਣਾ ਬਦਲੋ ਧਾਰਮਿਕ ਤੌਰ ਦੇ ਉੱਤੇ। ਪਰ ਆਈ ਹੋਪ ਕਿ ਜੇ ਸ਼੍ਰੋਮਣੀ ਕਮੇਟੀ ਚੋਣਾਂ ਹੋਣ, ਬਿਫੋਰ ਜਾਂ ਆਫਟਰ ਕਦੇ ਵੀ, ਇਹ ਸਾਰੀਆਂ ਧਿਰਾਂ ਹੀ ਇੱਕ ਪਲੇਟਫਾਰਮ ਦੇ ਉੱਤੇ, ਕੋਈ ਸੰਤ ਸਮਾਜ ਵੀ ਆਪਣੀ ਗੱਲ ਕਰ ਰਿਹਾ ਹੈ, ਹੁਣ ਸ਼ਮਸ਼ੇਰ ਸਿੰਘ ਜਗੇੜਾ, ਕੋਈ ਉਹਨੇ ਕੋਈ 11 ਮੈਂਬਰੀ ਕਮੇਟੀ ਬਣਾਈ ਹੈ ਕਿ ਜੀ ਅਕਾਲ ਤਖ਼ਤ ਕਿਵੇਂ ਲਿਬਰੇਟ। ਸੋ ਦੁਸ਼ਮਣ ਤਾਕਤਾਂ ਵੀ ਆਪਣੇ ਜਿਹੜੇ ਨੇ ਉਹਨਾਂ ਨੇ ਸੁੱਟ ਦਿੱਤੇ ਨੇ ਵਿੱਚ ਕਿ ਕਿਵੇਂ ਉਹਨਾਂ ਨੇ ਰੈਟਲ ਕਰਨਾ। ਔਰ ਇਸ ਸਾਰੇ 'ਚ ਅਸੀਂ ਬੇਨਤੀ ਕਰ ਸਕਦੇ ਹਾਂ, ਜਿਹੜੇ ਕੋਈ ਸਾਡੇ ਨਾਲ ਮਾੜਾ ਮੋਟਾ ਸੰਪਰਕ ਰੱਖਦੇ ਨੇ, ਉਹਨਾਂ ਨੂੰ ਕਹਿ ਸਕਦੇ ਹਾਂ ਕਿ ਭਾਈ ਵੀ ਆਲ ਸ਼ੁੱਡ ਹੈਂਗ ਟੂਗੈਦਰ, ਅਦਰਵਾਈਜ਼ ਹੀ ਵੀ ਵਿਲ ਹੈਂਗ ਸੈਪਰੇਟਲੀ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 130 ਨੂੰ ਚੁਣਿਆ, ਔਰ ਇਸ ਦੇ ਵਿੱਚ ਉਹਨਾਂ ਨੇ ਜਿਹੜੀ ਸਾਧ ਸੰਗਤ ਦੀ ਮਹਿਮਾ, ਔਰ ਕਿਵੇਂ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਗੁਰਸਿੱਖ ਹੈ, ਉਹ ਕਿਸ ਕਦਰ ਉਸ ਦੇ ਅੰਦਰ ਸਾਰੇ ਗੁਣ ਆ ਜਾਂਦੇ ਨੇ, ਇਸ ਦੇ ਉੱਤੇ ਉਹਨਾਂ ਨੇ 3-4 ਅਲੰਕਾਰ ਇਸਤੇਮਾਲ ਕੀਤੇ ਨੇ ਇਸ ਪੁਆਇੰਟ ਨੂੰ ਸਾਬਤ ਕਰਨ ਲਈ। ਕੋਟਨ ਕੋਟਾਨ ਮਿਸਟਾਨ ਪਾਨ ਸੁਧਾ ਰਸ ਪੁੱਜਸ ਨਾ ਸਾਧ ਮੁਖ ਮਦਰ ਬਚਨ ਕੋ ਸੀਤਲ ਸੁਗੰਧ ਚੰਦ ਚੰਦਨ ਕੋਟਾਨ ਕੋਟ ਪੂਜਸ ਨਾ ਸਾਧ ਮਤ ਨਿਮਰਤਾ ਸਚਨ ਕੋ ਕੋਟਨ ਕੋਟਾਨ ਕਾਮ ਤੇਨ ਔ ਕਲ ਪੱਤਰ ਪੂਜਸ ਨਾ ਕਿੰਚਿਤ ਕਠਾਚ ਕਟਾਚ ਕੇ ਰਚਨ ਕੋ ਸਰਵ ਨਿਦਾਨ ਫਲ ਸਕਲ ਕੋਟਾਨ ਕੋਟ ਪੂਜਸ ਨਾ ਪਰ ਉਪਕਾਰ ਕੇ ਖਚਨ ਕੋ। ਭਾਈ ਸਭ ਕਹਿੰਦੇ ਨੇ ਕਿ ਵੀ ਜੇ ਕਰੋੜਾਂ ਹੀ ਕਿਸਮ ਦੀਆਂ ਮਠਿਆਈਆਂ ਜਿਨ੍ਹਾਂ ਦਾ ਸਵਾਦ ਅੰਮ੍ਰਿਤ ਵਰਗਾ ਹੋਏ, ਬਹੁਤ ਮਿੱਠਾ, ਜਿਵੇਂ ਹਲਵਾਈਆਂ ਨੇ ਆਰਡਰ ਲਾਇਆ ਹੁੰਦਾ, ਉਹ ਸਾਰੀਆਂ ਹੀ ਮਠਿਆਈਆਂ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਇਕੱਠਾ ਕਰ ਲਓ, ਅਤੇ ਜਿਹੜਾ ਰੱਬ ਦਾ ਬੰਦਾ ਹੈ ਉਹਦੇ ਮੂੰਹ 'ਚੋਂ ਜਿਹੜੇ ਮਧੁਰ ਵਚਨ ਨਿਕਲਦੇ ਨੇ, ਮਿੱਠੇ ਬੋਲ ਨਿਕਲਦੇ ਨੇ, ਉਹਨਾਂ ਦਾ ਮੁਕਾਬਲਾ ਕੋਈ ਮਠਿਆਈ ਨਹੀਂ ਕਰ ਸਕਦੀ, ਭਾਵੇਂ ਉਹ ਕਰੋੜਾਂ ਕਿਸਮ ਦੀਆਂ ਅੱਡ ਸਵਾਦਾਂ ਵਾਲੀਆਂ ਮਠਿਆਈਆਂ ਹੋਣ। ਸੀਤਲ ਸੁਗੰਧ ਚੰਦ ਚੰਦਨ ਕੋਟਾਨ ਕੋਟ, ਚੰਦਰਮਾ ਨੂੰ ਠੰਡਾ ਮੰਨਿਆ ਜਾਂਦਾ, ਚੰਦਰਮਾ ਦੀ ਤਾਸੀਰ ਠੰਡੀ ਹੈ। ਉਹਨਾਂ ਨੇ ਕਿਹਾ ਵੀ ਕਰੋੜਾਂ ਚੰਦਰਮਾ ਦੀ ਠੰਡਕ, ਇਸੇ ਤਰ੍ਹਾਂ ਚੰਦਨ, ਚੰਦਨ ਦੀ ਜਿਹੜੀ ਲੇਪ ਹੁੰਦਾ ਹੈ ਉਹਨੂੰ ਕਹਿੰਦੇ ਨੇ ਵੀ ਉਹ ਠੰਡ ਪਹੁੰਚਾਉਂਦਾ, ਖੁਸ਼ਬੂ ਤਾਂ ਦਿੰਦਾ ਹੀ ਹੈ ਲੇਕਿਨ ਚੰਦਨ ਠੰਡਕ ਦੇਣ ਵਾਲਾ ਵੀ ਹੈ। ਅਤੇ ਭਾਈ ਸਾਹਿਬ ਕਹਿੰਦੇ ਨੇ ਕਿ ਕਰੋੜਾਂ ਚੰਦਰਮਾ ਹੋਣ ਔਰ ਬਹੁਤ ਜਿਹੜੀ ਹੈ ਉਹ ਚੰਦਨ ਦੀ ਲੱਕੜ ਦੀ ਠੰਡਕ ਵੀ ਹੋਏ, ਪੁੱਜਸ ਨਾ ਸਾਧ ਮਤ ਨਿਮਰਤਾ ਸਚਨ ਕੋ, ਪਰ ਜਿਹੜਾ ਰੱਬ ਦਾ ਬੰਦਾ ਜਿਹੜਾ ਹੰਬਲ ਹੈ, ਨਿਮਰਤਾ 'ਚ ਹੈ ਔਰ ਸੱਚ ਨਾਲ ਜੁੜਿਆ ਹੋਇਆ, ਉਹਨਾਂ ਦੀ ਉਸ ਵਿਚਲੀ ਜਿਹੜੀ ਠੰਡਕ ਹੈ ਉਸ ਦਾ ਮੁਕਾਬਲਾ ਕਰੋੜਾਂ ਚੰਦਰਮਾ ਜਾਂ ਚੰਦਨ ਦੀ ਲੱਕੜ ਨਹੀਂ ਕਰ ਸਕਦੀ। ਕੋਟਨ ਕੋਟਾਨ ਕਾਮ ਧੇਨ ਔ ਕਲ ਪੱਤਰ, ਇਹ ਹਿੰਦੂ ਮਿਥਿਹਾਸ ਦਾ ਵਿਸ਼ਵਾਸ ਹੈ
ਕਿ ਇੱਕ ਕਾਮਧੇਨ ਗਾਂ ਹੁੰਦੀ ਹੈ ਜਿਹਦੇ ਥੱਲੇ ਕੋਈ ਬੈਠੇ ਤੇ ਉਹ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਦੀ ਹੈ। ਇਸੇ ਤਰ੍ਹਾਂ ਇੱਕ ਜਿਹੜੇ 14 ਰਤਨ ਨਿਕਲੇ ਉਹਨਾਂ ਦੇ ਵਿੱਚ ਇੱਕ ਕਲਪ ਵਰਿਖ ਦਾ ਜ਼ਿਕਰ ਹੈ ਕਿ ਉਹ ਕਲਪੱਤਰ ਉਹਨੂੰ ਕਹਿੰਦੇ ਨੇ ਕਿ ਉਹਦੇ ਥੱਲੇ ਬੈਠੋ ਤੇ ਜੋ ਕਾਮਨਾ ਕਰੋ ਪੂਰੀ ਹੋ ਜਾਂਦੀ ਹੈ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਭਾਈ ਬੇਸ਼ੱਕ ਕਰੋੜਾਂ ਜਿਹੜੇ ਨੇ ਕਾਮਧੇਨ ਗਊਆਂ ਹੋਣ ਜਾਂ ਕਲਪ ਰੁੱਖ ਹੋਣ, ਪੁੱਜਸ ਨਾ ਕਿੰਚਿਤ ਕਟਾਚ ਕੇ ਰਚਨ ਕੋ, ਪਰ ਇਹਨਾਂ ਸਭ ਦੇ ਸਾਹਮਣੇ ਕਟਾਚ ਕਹਿੰਦੇ ਨੇ ਗਲਾਂਸ, ਇੱਕ ਤੱਕਣੀ, ਕਿ ਜੇ ਪਿਆਰੇ ਦੀ ਇੱਕ ਤੱਕਣੀ ਜਿਹੜੀ ਹੈ ਨਿਰੰਕਾਰ ਦੇ ਪਿਆਰ ਦੇ ਉਸ ਪਿਆਰ ਦੀ ਸਾਨੂੰ ਮਿਲ ਜਾਏ ਤਾਂ ਉਹਨਾਂ ਤੋਂ ਕਰੋੜਾਂ ਜਿਹੜੇ ਨੇ ਕਲਪ ਵਰਿਛ ਔਰ ਕਾਮਧੇਨ ਗਊਆਂ ਕੁਰਬਾਨ ਨੇ। ਔਰ ਅਖੀਰ ਚ ਭਾਈ ਸਾਹਿਬ ਨੇ ਕਿਹਾ ਸਰਬ ਨਿਦਾਨ ਫਲ ਸਕਲ ਕੁਟਾਨ ਕੋਟ, ਨਿਦਾਨ ਕਹਿੰਦੇ ਨੇ ਖਜ਼ਾਨੇ ਨੂੰ, ਕਿ ਸਕਲ ਸਾਰੇ ਹੀ ਦੁਨੀਆਂ ਦੇ ਖਜ਼ਾਨੇ ਔਰ ਜਿਹੜੇ ਮਿਹਨਤ ਦੇ ਫਲ ਨੇ, ਜਿਹੜੇ ਲੋਕ ਐਫਰਟ ਕਰਕੇ ਕੁਛ ਹਾਸਲ ਕਰਨਾ ਚਾਹੁੰਦੇ ਨੇ, ਸਰਬ ਨਿਦਾਨ ਫਲ ਸਕਲ ਕੁਟਾਨ ਕੋਟ, ਉਹ ਸਾਰੇ ਦੁਨੀਆਂ ਦੇ ਖਜ਼ਾਨੇ ਔਰ ਦੁਨੀਆਂ ਦੀ ਜਿਹੜੀ ਮਿਹਨਤ ਦਾ ਫਲ ਤੁਸੀਂ ਇੱਕ ਥਾਂ ਇਕੱਠਾ ਕਰ ਲਓ, ਪੁੱਜਸ ਨਾ ਪਰ ਉਪਕਾਰ ਕੇ ਖਚਨ ਕਹੋ। ਔਰ ਜਿਹੜਾ ਰੱਬ ਦਾ ਬੰਦਾ ਹੈ, ਜਿਹੜਾ ਉਸ ਵਿੱਚ ਪਰ ਉਪਕਾਰ ਦਾ ਉਮਾ ਹੈ, ਉਸਦੀ ਪਰ ਉਪਕਾਰ ਦੀ ਭਾਵਨਾ ਹੈ, ਉਸ ਦੀ ਭਲਾਈ ਹੈ, ਉਸ ਦੇ ਬਰਾਬਰ ਕੋਈ ਵੀ ਦੁਨੀਆਂ ਦਾ ਖਜ਼ਾਨਾ ਜਿਹੜਾ ਹੈ ਉਹ ਪਹੁੰਚ ਨਹੀਂ ਸਕਦਾ। ਸੋ ਇਸ ਜਿਹੜਾ ਕਵਿਤਾ ਵਿੱਚ ਭਾਈ ਸਾਹਿਬ ਨੇ ਗੁਰਮੁਖ ਰੱਬ ਦਾ ਬੰਦਾ, ਉਸ ਵਿਚਲੀ ਮਿਠਾਸ, ਉਸ ਵਿਚਲੀ ਨਿਮਰਤਾ ਔਰ ਉਸ ਵਿਚਲੀ ਅਮੀਰੀ ਔਰ ਉਸ ਵਿਚਲਾ ਪਰਉਪਕਾਰ, ਉਸ ਤੋਂ ਸਵਰਗ ਦੇ ਕਲਪ ਰੁੱਖ, ਕਾਮਧੇਨ ਗਾਊ, ਚੰਦਰਮਾ, ਚੰਦਨ, ਦੁਨਿਆਵੀ ਖਜ਼ਾਨੇ ਸਾਰੇ ਉਸ ਤੋਂ ਫਿਦਾ ਹੁੰਦੇ ਨੇ, ਉਸ ਤੋਂ ਕੁਰਬਾਨ ਹੁੰਦੇ ਨੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਸ ਨਾਲ ਆਪਣੇ ਵਿਊਅਰਸ ਕੋਲੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ, ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ, ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ, ਦੇਖਦੇ ਰਹੋ ਟੀਵੀ ਰਿਫੋ, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।